हाँ जी, एडवोकेट राजदेव सिंह खालसा जी। वाहिगुरु जी का खालसा, वाहिगुरु जी की फतेह जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ ਚੜ੍ਹਦੀ ਕਲਾ ਚੋ। ਹਾਂਜੀ ਜੀ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਤੁਹਾਡੇ ਬੋਲ ਮੁਬਾਰਕ ਸੁਣ ਕੇ। ਮਿਹਰਬਾਨੀਆਂ ਖਾਲਸਾ ਜੀ, ਇੱਕ ਜਾਣਕਾਰੀ ਦਿਓ, ਇੱਕ ਪੋਸਟ ਕਾਫੀ ਵੱਡੇ ਪੱਧਰ ਦੇ ਉੱਪਰ ਵਾਇਰਲ ਹੋ ਰਹੀ ਹੈ, ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਫੋਟੋ ਲੱਗ ਕੇ, ਤੇ ਉਹਦੇ ਉੱਪਰ ਲਿਖਿਆ ਹੋਇਆ ਵੀ 24 ਜੁਲਾਈ ਨੂੰ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ ਰਿਹਾ ਜੀ। ਤੇ ਮੈਂ ਚਾਹੁੰਦਾ ਸੀ ਵੀ ਇਹਦੀ ਸੱਚਾਈ ਕੀ ਹੈ ਕਿ ਅੰਮ੍ਰਿਤਪਾਲ ਸਿੰਘ 24 ਜੁਲਾਈ ਨੂੰ ਸੱਚਮੁੱਚ ਰਿਹਾ ਹੋ ਰਹੇ ਨੇ? ਇਹ ਪੋਸਟ ਤੁਹਾਡੇ ਵੱਲੋਂ ਜਾਂ ਉਹਨਾਂ ਦੇ ਲੀਗਲ ਸੈੱਲ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਪਾਈ ਗਈ ਹੈ, ਜਾਂ ਇਹ ਕੀ ਸਿਸਟਮ ਕੀ ਹੈ ਕਿ ਇੱਕ ਅਫਵਾਹ ਆ? ਦੇਖੋ ਜੀ, ਮੇਰੇ ਵੱਲੋਂ ਤਾਂ ਨਹੀਂ ਪਾਈ ਗਈ, ਤੇ ਹੋਰ ਕਿਸੇ ਵੱਲੋਂ ਮੈਨੂੰ ਪਤਾ ਨਹੀਂ, ਪਰੰਤੂ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇਹ ਗੱਲ ਹੈ ਨਾ ਕਿ 23 ਅਪ੍ਰੈਲ ਨੂੰ ਇਹਨਾਂ ਦੀ 1 ਸਾਲ ਦੀ ਜਿਹੜੀ ਕਸਟਡੀ ਸੀ, ਨਜ਼ਰਬੰਦੀ, ਉਹ ਪੂਰੀ ਹੋ ਗਈ ਸੀ ਜੀ। 23 ਅਪ੍ਰੈਲ ਨੂੰ 2023 ਦੇ ਵਿੱਚ ਜੀ, ਤੇ ਉਹ 2024 ਦੇ ਵਿੱਚ ਜਿਹੜੀ ਸੀ ਜੀ, ਉਹ ਜਿਹੜੀ ਸੀ ਉਹ ਪੂਰੀ ਹੋ ਗਈ ਸੀ, ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ 3 ਮਹੀਨਿਆਂ ਦੀ ਮਿਆਦ ਵਧਾਈ ਸੀ। ਅੱਛਾ, 3 ਮਹੀਨੇ ਦੀ ਮਿਆਦ ਵਧੀ ਸੀ। ਹਾਂ, 3 ਮਹੀਨਿਆਂ ਦੀ ਮਿਆਦ ਵਧੀ ਸੀ, ਉਹ ਜਿਹੜੀ ਆ ਉਹ 23 ਜੁਲਾਈ ਤੱਕ ਹੈ ਜੀ। ਤੇ ਜੇ ਉਸ ਤੋਂ ਬਾਅਦ ਹੁੰਦਾ ਤਾਂ ਫਿਰ ਉਹ ਜਿਹੜਾ ਐਡਵਾਈਜ਼ਰੀ ਬੋਰਡ ਹੁੰਦਾ ਹੈ, ਉਹ ਤੋਂ ਕਨਫਰਮੇਸ਼ਨ ਲੈਣੀ ਪੈਂਦੀ ਹੈ। ਹੁਣ ਜਿਹੜੀ ਕਸਟਡੀ ਦਾ ਜਿਹੜਾ ਸਰਟੀਫਿਕੇਟ ਹੈ, ਜਿਹੜਾ ਆਰਡਰ ਕੀਤਾ ਹੋਇਆ ਜੇਲ੍ਹ ਦੇ ਵਿੱਚ ਰੱਖਣ ਦਾ, ਉਹ 23 ਜਿਹੜਾ ਹੈ ਜੁਲਾਈ ਤੱਕ ਹੈ। ਅੱਛਾ, 23 ਜੁਲਾਈ ਤੱਕ। ਉਸ ਤੋਂ ਅੰਦਾਜ਼ਾ ਲਾ ਕੇ ਵੀ 23 ਜੁਲਾਈ ਨੂੰ ਪੂਰੀ ਹੋ ਜਾਏ, ਤੇ ਬੇ ਮਤਲਬ 24 ਜੁਲਾਈ ਨੂੰ ਰਿਹਾ ਹੋ ਜਾਣਗੇ, ਉਹ ਤਾਂ ਇੱਕ ਗੈਸ ਵਰਕ ਹੈ, ਕਿਸੇ ਨੇ ਗੈਸ ਲਾਇਆ ਹੋਣਾ, ਜਿਹਨੇ ਪੋਸਟਰ ਲਾਏ ਆ, ਮੈਨੂੰ ਤਾਂ ਪਤਾ ਨੀ ਵੀ ਪੋਸਟਰ ਕਿਹਨੇ ਲਾਏ ਆ ਜੀ, ਤੇ ਉਹ ਆਪਦਾ ਅੰਦਾਜ਼ਾ ਹੀ ਹੋ ਸਕਦਾ ਕਿਸੇ ਦਾ। ਪਰ ਜੇ ਕਿਸੇ ਨੇ ਇੰਨਾ ਅੰਦਾਜ਼ਾ ਲਾਇਆ ਤੇ ਇਹਦਾ ਮਤਲਬ ਕੋਈ ਗਿਆਨ ਦਿੱਤਾ ਇਹ ਜਾਂ ਨਾ ਮੈਂ ਕੋਈ ਹੋਰ ਕਿਸੇ ਤਰੀਕੇ ਨਾਲ ਕਿਸੇ ਨੂੰ ਕਿਹਾ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਵੀ ਜਿਸਨੇ ਵੀ ਅੰਦਾਜ਼ਾ ਲਾਇਆ ਦਾ ਮਤਲਬ ਇਹ ਅੰਕੜਿਆਂ ਬਾਰੇ ਉਹਨੂੰ ਨੌਲੇਜ ਹੈ, ਜਿਵੇਂ ਤੁਸੀਂ ਹੁਣ ਅੰਕੜਾ ਦੱਸਿਆ ਆ ਵੀ ਇਸ ਤਰੀਕੇ ਦੇ ਨਾਲ 1 ਤਰੀਕ ਨੂੰ ਉਹਨਾਂ ਦੀ ਕਸਟਡੀ ਖਤਮ ਹੁੰਦੀ ਆ, ਤੇ ਇਸ ਤਰੀਕੇ ਨਾਲ 24 ਦੀ ਕਿਸੇ ਨੇ ਪਾ ਦਿੱਤੀ ਹੈ ਜੀ। ਅੰਦਾਜ਼ ਨਹੀਂ ਫਿਰ ਉਹਦਾ ਜੀ, ਅੰਕੜਿਆਂ ਦਾ ਉਹਨੂੰ ਪਤਾ ਨਹੀਂ ਹੋਊ, ਫਿਰ ਤਾਂ ਪਾਉਣ ਦਾ 24 ਜੁਲਾਈ ਦਾ ਕੋਈ ਮਤਲਬ ਨਹੀਂ ਸੀ ਇੱਕ ਪਰਟੀਕੁਲਰ ਡੇਟ ਦੇਣ ਦਾ, ਉਹ ਤਾਂ ਹੀ ਦਿੱਤੀ ਗਈ ਨਾ ਜੀ ਪਰਟੀਕੁਲਰ ਡੇਟ, ਬਈ ਉਹਨੂੰ ਸੀ ਬਈ ਇਹ 23 ਨੂੰ ਖਤਮ ਹੋ ਰਹੀ ਹੈ ਜੀ। ਇੱਕ ਜਾਣਕਾਰੀ ਸਾਨੂੰ ਹੋਰ ਮੁਹੱਈਆ ਕਰਵਾਓ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿਹੜੀ ਸਹੁੰ ਚੁੱਕਣੀ ਸੀ, ਸਹੁੰ ਚੁੱਕ ਪ੍ਰੋਗਰਾਮ ਹੋ ਚੁੱਕਾ ਆ ਕਿ ਅਜੇ ਨਹੀਂ ਹੋਇਆ? ਨਹੀਂ ਜੀ, ਸਹੁੰ ਚੁੱਕ ਪ੍ਰੋਗਰਾਮ ਤਾਂ ਅਜੇ ਹੋਇਆ ਨਹੀਂ, ਅਜੇ ਤਾਂ ਯੂਨੀਅਨ ਕੈਬਨਿਟ ਨੇ ਸਹੁੰ ਚੁੱਕੀ ਹੈ। ਤੇ ਹੁਣ ਇਸ ਦੇ ਪਿੱਛੋਂ ਇੱਕ ਪ੍ਰੋਟੈਮ ਸਪੀਕਰ ਜਿਹੜਾ ਹੁੰਦਾ, ਉਹਦੀ ਅਪੁਆਇੰਟਮੈਂਟ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਤੇ, ਉਹ ਰਾਸ਼ਟਰਪਤੀ ਕਰਦਾ, ਪ੍ਰੈਜੀਡੈਂਟ ਆਫ ਇੰਡੀਆ। ਤੇ ਪ੍ਰੋਟੈਮ ਸਪੀਕਰ ਜਿਹੜਾ ਹੈਗਾ, ਉਹ ਪਹਿਲਾਂ ਜਿਹੜੇ ਹੈਗੇ ਆ ਉਹ ਦੂਜਿਆਂ ਨੂੰ ਸਹੁੰ ਚਟਾਉਂਦੇ ਆ, ਫਿਰ ਉਸ ਤੋਂ ਬਾਅਦ ਜਿਹੜੀ ਸਪੀਕਰ ਦੀ ਚੋਣ ਹੁੰਦੀ ਹੈ ਰੈਗੂਲਰ ਸਪੀਕਰ ਦੀ, ਤੇ ਉਹ ਸਪੀਕਰ ਦੀ ਚੋਣ ਤੋਂ ਬਾਅਦ ਫਿਰ ਜਿਹੜੀ ਹੈ ਸਹੁੰ ਵਾਲਾ ਹੋਊਗਾ ਭਾਈ ਸਾਹਿਬ ਦਾ, ਉਹ ਤਾਂ ਜੇ ਜਿਹੜਾ ਹੈ ਫਿਲਹਾਲ ਤਾਂ ਨਾ ਕੋਈ ਡੇਟ ਬੰਨੀ ਗਈ ਹੈ, ਤੇ ਨਾ ਕੋਈ ਸਹੁੰ ਚੁੱਕ ਸਮਾਗਮ ਜਿਹੜਾ ਹੈ ਉਹ MP ਦਾ ਹੋਇਆ, ਉਹ ਸਿਰਫ ਮਨਿਸਟਰ ਦਾ ਹੋਇਆ ਜੀ। ਇੱਕ ਜਿਹੜੀ ਹੋਰ ਅਫਵਾਹ ਬੜੇ ਵੱਡੇ ਪੱਧਰ ਦੇ ਉੱਪਰ ਫੈਲੀ ਜਾ ਰਹੀ ਹੈ ਵੀ ਜੇ ਸਹੁੰ ਚੁਕਾਉਣ ਦੇ ਵਿੱਚ ਦੇਰੀ ਕਰ ਦਿੱਤੀ ਤੇ ਜਿਹੜਾ MP ਦਾ ਇਹਨਾਂ ਦਾ ਉਹ ਖਤਮ ਹੋ ਜਾਏਗੀ MP, ਇਹ ਕੀ ਸਿਸਟਮ ਕੀ ਹੈ? ਨਹੀਂ ਜੀ, ਇਹ ਬਿਲਕੁਲ ਕੋਈ ਖਤਰਾ ਨਹੀਂ ਹੈ, ਇਹ ਤਾਂ ਇਹ ਹੁੰਦਾ ਹੈ ਕਿ ਜੇ 60 ਦਿਨ ਕੋਈ ਜਿਹੜਾ ਹੈ ਸਹੁੰ ਨਹੀਂ ਚੱਟਦਾ ਤਾਂ ਉਸ ਦੀ ਡਿਸਕੁਆਲੀਫਿਕੇਸ਼ਨ ਹੋ ਸਕਦੀ ਹੈ, ਤੇ ਉਹ ਜਿਹੜਾ ਹੈ 60 ਦਿਨ ਦਾ ਸਮਾਂ ਵਧਾਇਆ ਵੀ ਜਾ ਸਕਦਾ, ਸਪੀਕਰ ਨੂੰ ਚਿੱਠੀ ਲਿਖੀ ਜਾ ਸਕਦੀ ਹੈ ਕਿ ਮੇਰੀ ਆਹ ਮਜਬੂਰੀ ਹੈ, ਇਸ ਲਈ ਮੈਂ ਜਿਹੜਾ ਹੈ ਔਥ ਨਹੀਂ ਲੈ ਸਕਦਾ, ਸਹੁੰ ਨਹੀਂ ਚੱਟ ਸਕਦਾ, ਮਿਆਦ ਵਧਾਈ ਜਾਵੇ।
ਇਸੇ ਤਰ੍ਹਾਂ ਇੱਕ ਪ੍ਰੋਵੀਜ਼ਨ ਹੈ ਜਿਹੜਾ 60 ਦਿਨ ਜਿਹੜਾ ਹੈ ਉਹ ਇਸਦਾ ਸੈਸ਼ਨ ਹੋ ਰਿਹਾ ਹੋਵੇ ਪਾਰਲੀਮੈਂਟ ਦਾ, ਲੋਕ ਸਭਾ ਦਾ ਉਹ ਸੈਸ਼ਨ ਵਿੱਚ ਹਿੱਸਾ ਨਹੀਂ ਲੈਂਦਾ ਤੇ ਤਾਂ ਵੀ ਜਿਹੜੀ ਹੈ ਉਹਦੀ ਲੋਕ ਸਭਾ ਮੈਂਬਰੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਪਰੰਤੂ ਇਸ ਦੇ ਵਿੱਚ ਵੀ ਅਰਜੀ ਦਿੱਤੀ ਜਾ ਸਕਦੀ ਹੈ ਕਿ ਮੇਰੀ ਮਜਬੂਰੀ ਹੈ, ਮੈਂ ਇਹਨਾਂ ਕਾਰਨਾਂ ਕਰਕੇ ਨਹੀਂ ਲਿਆ। ਉਸ ਦੇ ਵਿੱਚ ਔਥ ਸਹੁੰ ਚੁੱਕਣ ਦੀ ਜਿਹੜੀ ਮਿਆਦ ਹੈ ਉਹ ਸਪੀਕਰ ਵਧਾ ਸਕਦਾ ਹੈ। ਪਰੰਤੂ ਇੱਥੇ ਤਾਂ ਅਜੇ ਉਹ ਜਿਹੜਾ ਹੈ ਗੱਲ ਜਿਹੜਾ ਪ੍ਰਸ਼ਨ ਪੈਦਾ ਹੀ ਨਹੀਂ ਹੋਇਆ, ਕਿਉਂਕਿ ਅਜੇ ਜਿਹੜੀ ਹੈ ਸਹੁੰ ਚੁੱਕ ਸਮਾਗਮ ਦੀ ਕੋਈ ਤਰੀਕ ਹੀ ਨਹੀਂ ਆਈ। ਉਹ ਡੇਟ ਤੋਂ ਅੱਗੇ ਫਿਰ 60 ਦਿਨ ਹੁੰਦੇ ਹੈ ਜੀ, ਤੇ ਉਹ ਜਦੋਂ ਡੇਟ ਹੀ ਫਿਕਸ ਨਹੀਂ ਹੋਈ ਉਹ 60 ਦਿਨ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ, ਕਿਉਂਕਿ ਪਰਿਵਾਰ ਨੇ ਜਿਹੜਾ ਹੈਗਾ ਉਹ ਦੇਤੀ ਉਹਨਾਂ ਦੀ ਆ ਉੱਥੇ DC ਅੰਮ੍ਰਿਤਸਰ ਦੇ ਉਹ ਐਪਲੀਕੇਸ਼ਨ ਦੇਤੀ ਜਾਂ ਲੈਟਰ ਕਹਿ ਲਓ ਲੈਟਰ ਦੇਤਾ ਕਿ ਉਹ ਭਾਈ ਸਾਹਿਬ ਨੂੰ ਸਹੁੰ ਚਟਾਉਣ ਦਾ ਇੰਤਜ਼ਾਮ ਕੀਤਾ ਜਾਵੇ। ਇਹਦੇ ਨਾਲ ਜਿਹੜੀ ਮਸ਼ੀਨਰੀ ਤਾਂ ਜਿਹੜੀ ਮੋਸ਼ਨ ਚ ਆ ਗਈ ਨਾ ਜੀ, ਇਹਨਾਂ ਨੇ ਆਪਦੇ ਵੱਲੋਂ ਜੋ ਕਰਨਾ ਸੀ ਉਹ ਕਰਤਾ, ਹੁਣ ਉਹ ਹੋਮ ਡਿਪਾਰਟਮੈਂਟ ਨੂੰ ਉਹਨਾਂ ਨੇ ਭੇਜਤੀ, ਅੱਗੇ ਹੋਮ ਡਿਪਾਰਟਮੈਂਟ ਨੇ ਕੀ ਕਾਰਵਾਈ ਕਰਨੀ ਹੈ। ਉਹ ਕਾਰਵਾਈ ਤਾਂ ਸ਼ੁਰੂ ਹੋ ਗਈ, ਅਜੇ ਤਾਂ ਉਥ ਦੀ ਜਿਹੜੀ ਤਰੀਕੇ ਮਟਰਨੀ ਹੋਈ ਕਾਰਵਾਈ ਇਹਨਾਂ ਨੇ ਪਹਿਲੇ ਸ਼ੁਰੂ ਕਰਤੀ, ਜੋ ਕੁਛ ਇਹਨਾਂ ਨੇ ਕਰਨਾ ਸੀ ਆਪਣੇ ਵੱਲੋਂ ਹੋ ਚੁੱਕਿਆ ਜੀ। ਇਹਦਾ ਮਤਲਬ ਵੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਕੁਛ ਲੋਕ ਜਿਵੇਂ ਕਹਿ ਰਹੇ ਵੀ 24 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਹੋ ਸਕਦੇ ਨੇ ਰਿਹਾ, ਇਹਦਾ ਮਤਲਬ ਇਹ ਵੀ ਇੱਕ ਅਫਵਾਹ ਆ ਇੱਕ ਛੋਟੇ ਜਿਹੇ ਅੰਕੜੇ ਦੇ ਤਹਿਤ। ਦੂਜੀ ਗੱਲ ਜਿਹੜੀ ਤੁਸੀਂ ਹਾਂਜੀ ਅਫਵਾਹ ਹੈ, ਦੇਖੋ ਕਈ ਵਾਰੀ ਗੱਲ ਇਹ ਹੁੰਦੀ ਹੈ ਬਈ ਉਹ ਤਾਂ ਮੈਂ ਤਾਂ ਇਹ ਕਿਹਾ ਸੀ ਵੀ ਮੇਰੀ ਮੇਰਾ ਵਿਸ਼ਵਾਸ ਹੈ ਵੀ ਇਸੇ ਮਹੀਨੇ ਰਿਹਾ ਹੋ ਜਾਣਗੇ ਜੂਨ ਦੇ ਵਿੱਚ। ਤੇ ਰਿਹਾਈ ਤਾਂ ਦੇਖੋ ਕਦੇ ਵੀ ਹੋ ਸਕਦੀ ਹੈ, ਇਹ ਨਹੀਂ ਹੁੰਦਾ ਕਿ ਉਹ 24 ਜੁਲਾਈ ਨੂੰ ਕਰਨੀ ਹੈ ਰਿਹਾਈ ਜੀ। ਇਸੇ ਤਾਂ ਉਹ ਤਾਂ ਕਿਸੇ ਵੇਲੇ ਵੀ ਇੱਕ DC ਨੇ ਲਿਖ ਦੇਣਾ ਜਿਹੜਾ ਅੰਮ੍ਰਿਤਸਰ ਦਾ DC ਹੈ ਕਿ ਮੈਂ ਹੁਣ ਸੈਟਿਸਫਾਈ ਹਾਂ, ਸੰਤੁਸ਼ਟ ਹੈ, ਹੁਣ ਅਮਨ ਕਾਨੂੰਨ ਕੋਈ ਖਤਰਾ ਨਹੀਂ, ਇਹਦੇ ਲਈ NSA ਰੱਦ ਕੀਤੀ ਜਾਵੇ। ਉਹ ਤਾਂ ਹੋਮ ਸੈਕਟਰੀ ਨੇ ਦਸਤਖਤ ਕਰ ਦੇਣੇ, ਚੀਫ ਮਿਨਿਸਟਰ ਦੇ ਕਹੇ ਤੋਂ ਉਹ ਤਾਂ ਨਾਲ ਦੀ ਨਾਲ ਰੱਦ ਹੋ ਜਾਣੀ ਹੈ, ਉਹਦੀ ਤਰੀਕ ਦਾ ਕੋਈ ਮਤਲਬ ਨਹੀਂ, ਭਾਵੇਂ ਉਹ 1 ਘੰਟੇ ਬਾਅਦ ਕਰ ਦਿਓ, ਭਾਵੇਂ 1.5 ਘੰਟੇ ਬਾਅਦ ਕਰ ਦਿਓ, ਭਾਵੇਂ 10 ਦਿਨਾਂ ਬਾਅਦ ਕਰ ਦਿਓ। ਨਹੀਂ ਜੇ DC ਮੰਨ ਲਓ ਇਹ ਲਿਖ ਕੇ ਦੇ ਦਿੰਦਾ ਆ, ਹਾਂਜੀ, ਤੇ NSA ਰੱਦ ਹੋ ਸਕਦੀ ਹੈ। ਹਾਂਜੀ, ਨਾਲ ਦੀ ਨਾਲ ਜੋ ਜਦੋਂ DC ਨੇ ਲਿਖਿਆ ਈਮੇਲ ਤੇ 5 ਮਿੰਟ ਵੀ ਨਹੀਂ ਲੱਗਦੇ, ਸਿਰਫ ਇੰਨਾ ਹੀ ਕਰਨਾ ਹੈ, ਕੋਈ ਕਾਨੂੰਨੀ ਚਾਰਾਗੋਈ ਨਹੀਂ ਹੋਣੀ, ਕਿਸੇ ਅਦਾਲਤ ਚ ਕੋਈ ਐਪਲੀਕੇਸ਼ਨ ਨਹੀਂ ਦੇਣੀ, ਕਿਸੇ ਜੱਜ ਨੇ ਫੈਸਲਾ ਨਹੀਂ ਕਰਨਾ, ਤਾਂ ਸਿਰਫ DC ਅੰਮ੍ਰਿਤਸਰ ਨੇ ਲਿਖ ਦੇਣਾ, ਪਰੰਤੂ ਉਹ ਲਿਖੂਗਾ ਚੀਫ ਮਿਨਿਸਟਰ ਦੇ ਕਹਿਣ ਤੇ। ਅੱਛਾ, ਲਿਖੂਗਾ ਚੀਫ ਮਿਨਿਸਟਰ ਦੇ ਕਹਿਣ ਦੇ ਉੱਪਰ DC? ਹਾਂ, ਚੀਫ ਮਿਨਿਸਟਰ ਤੇ DC ਆਪਣੇ ਆਪ ਚੋਂ ਲਿਖੂ, ਹੁਣ ਵੀ ਜਿਹੜੀ ਇਹਨਾਂ ਦੀ ਨਜ਼ਰਬੰਦੀ ਕਰੀ ਆ ਉਹ DC ਦੇ ਹੁਕਮ ਤੇ ਹੋਈ ਆ ਨਾ ਜੀ। ਉਹ DC ਨੇ ਲਿਖਿਆ ਕਿ ਮੈਂ ਸੰਤੁਸ਼ਟ ਹਾਂ ਕਿ ਅਮਨ ਕਾਨੂੰਨ ਲਈ ਖਤਰਾ ਨੇ, ਇਸ ਦੇ ਲਈ ਇਹਨਾਂ ਨੂੰ ਜਿਹੜਾ ਖੁੱਲਾ ਨਹੀਂ ਛੱਡਿਆ ਜਾ ਸਕਦਾ, ਇਹਨਾਂ ਨੂੰ ਨਜ਼ਰਬੰਦ ਕੀਤਾ ਜਾਵੇ ਨੈਸ਼ਨਲ ਸਿਕਿਉਰਿਟੀ ਐਕਟ 1980 ਤਹਿਤ। ਸੋ DC ਦੇ 2 ਲਾਈਨਾਂ ਲਿਖਣੀਆਂ, ਇਹਦੀ ਕੋਈ ਐਕਸਪਲੇਨੇਸ਼ਨ ਨਹੀਂ ਦੇਣੀ, ਕੋਈ ਇਹਦੇ ਵਿੱਚ ਰੀਜ਼ਨ ਨਹੀਂ ਦੇਣੇ, ਕੋਈ ਲੰਬਾ ਚੌੜਾ ਆਰਡਰ ਨਹੀਂ ਲਿਖਣਾ, ਇਹ 2 ਲਾਈਨਾਂ ਵਿੱਚ ਹੀ ਸਮੱਸਿਆ ਹੱਲ ਹੁੰਦੀ ਹੈ। ਤਾਂ ਜੀ ਬਹੁਤ ਸੋਹਣੀ ਤੁਸੀਂ ਜਾਣਕਾਰੀ ਮੈਨੂੰ ਮੁਹੱਈਆ ਕਰਵਾਈਏ। ਇੱਕ ਜਾਣਕਾਰੀ ਮੈਨੂੰ ਹੋਰ ਦੇ ਦਿਓ, ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜਿਵੇਂ ਅਜੇ ਤੱਕ ਸਹੁੰ ਨਹੀਂ ਚੁੱਕੀ ਗਈ ਜੀ, ਔਰ ਜਿਵੇਂ ਤੁਸੀਂ ਦੱਸਿਆ ਵੀ ਸਹੁੰ ਚੁੱਕਣ ਦਾ ਵੀ ਇੱਕ ਪ੍ਰੋਸੈਸ ਹੈ, ਵੀ ਜਿਸ ਦਿਨ ਇਹਨਾਂ ਨੂੰ ਉਹ ਲੈਟਰ ਆਏਗਾ, ਲੈਟਰ ਤੋਂ ਬਾਅਦ 60 ਦਿਨ ਇਹਨਾਂ ਦੇ ਕੋਲ ਨੇ, ਅਜੇ ਤੱਕ ਇਹਨਾਂ ਨੂੰ ਕੋਈ ਵੀ ਲੈਟਰ ਜਿਹੜਾ ਰਿਸੀਵ ਤੁਹਾਡੇ ਮੁਤਾਬਕ ਨਹੀਂ ਹੋਇਆ। ਹਾਂ ਜੀ ਜੀ, ਤੇ ਉਹਦੇ ਵਿੱਚ ਵੀ ਤੁਸੀਂ ਦੱਸਿਆ ਵੀ ਜੇ ਉਹ ਸਪੀਕਰ ਨੂੰ ਕਹਿ ਕੇ ਆਪਣੀ ਡੇਟ ਵਧਾ ਵੀ ਸਕਦੇ ਨੇ ਵੀ ਮੇਰੀਆਂ ਆਹ ਮਜਬੂਰੀਆਂ ਨੇ, ਅਜੇ ਇਹਨਾਂ ਚਿਰ ਮੈਂ ਸਹੁੰ ਨਹੀਂ ਚੁੱਕ ਸਕਦਾ, ਜਿਵੇਂ ਤੁਸੀਂ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਹੈ ਜੀ ਜੀ। ਅੰਦਰ ਬੈਠੇ ਹੋਏ ਜਿਹੜੇ ਇਲਾਕੇ ਦੇ ਲੋਕਾਂ ਨੇ ਵੋਟ ਪਾਈ ਗਈ ਜਾਂ ਇੱਕ ਭਰੋਸਾ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਜਿਤਾਇਆ, ਤੇ ਜੇਲ੍ਹ ਦੇ ਵਿੱਚ ਉਹ ਸਾਰੇ ਕੰਮ ਕਿਵੇਂ ਹੋ ਸਕਦੇ ਨੇ? ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ, ਜੇਲ੍ਹ ਵਿੱਚੋਂ ਨਹੀਂ ਹੋ ਸਕਦੇ, ਲੋਕਾਂ ਦਾ ਬੜਾ ਵੱਡਾ ਮੈਂਡੇਟ ਹੈ, ਜਨ ਆਦੇਸ਼ ਹੈ, ਤੇ ਸਰਕਾਰ ਨੂੰ ਇਸ ਦਾ ਸਨਮਾਨ ਕਰਨਾ ਪਊਗਾ, ਤੇ ਸਰਕਾਰ ਵੀ ਜਨ ਆਦੇਸ਼ ਨਾਲ ਹੀ ਚੱਲਦੀ ਹੈ,
ਜੇ ਸਰਕਾਰ ਉਹ ਜਨ ਆਦੇਸ਼ ਨੂੰ ਠੋਕਰ ਮਾਰੂਗੀ ਤਾਂ ਸਰਕਾਰ ਨੂੰ ਵੀ ਠੋਕਰ ਵੱਜ ਜਾਣੀ ਹੈ। ਇਹ ਤਾਂ ਬੜੀ ਸਿੱਧੀ ਜੀ ਗੱਲ ਹੈ। ਕਿਵੇਂ ਕੋਈ ਸਰਕਾਰ ਇੰਨੀ ਹਿੰਮਤ ਕਰ ਸਕਦੀ ਹੈ ਕਿ ਉਹ ਜਨ ਆਦੇਸ਼ ਨੂੰ ਠੋਕਰ ਮਾਰ ਦੇ? ਉਹ ਜਿਹੜਾ ਹੈ ਅਲਟੀਮੇਟਲੀ ਤਾਂ ਜੀ ਰਿਹਾਈ ਜਿਹੜੀ ਹੈ ਹੋਣੀ ਓ ਹੋਣੀ ਹੈ। ਹੁਣ ਤਾਂ ਇਹ ਚੈਲੇਂਜ ਵੀ ਹੋਊਗੀ ਹਾਈਕੋਰਟ ਦੇ ਵਿੱਚ। ਪਹਿਲਾਂ ਤਾਂ ਭਾਈ ਸਾਹਿਬ ਨੇ ਕੋਈ ਚੈਲੇਂਜ ਨੀ ਕੀਤੀ ਸੀ, ਜਿਹੜੀ ਇੱਕ ਸਾਲ ਤੱਕ ਕੋਈ ਹਾਈਕੋਰਟ ਦੇ ਵੀ ਕੋਈ ਰਿਟ ਨੀ ਪਾਈ ਭਾਈ ਸਾਹਿਬ ਵੱਲੋਂ ਇਸ ਨੂੰ ਚੈਲੇਂਜ ਕਰਨ ਦੀ। ਹੁਣ ਜਿਹੜੀ ਆ ਉਹ ਚੈਲੇਂਜ ਕਰਨ ਦੀ ਰਿਟ ਵੀ ਪਾਤੀ ਸਾਰੀਆਂ ਗੱਲਾਂ, ਹੁਣ ਤਾਂ ਹਾਈਕੋਰਟ ਵੀ ਜਿਹੜੀਆਂ ਹੈ ਉਹ ਦੇਖੂਗਾ। ਇਹ ਗੱਲ ਜਿਹੜੀ ਲੰਬੇ ਸਮੇਂ ਤੱਕ ਚੱਲ ਨੀ ਸਕਦੀ, ਹਰ ਹਾਲਤ ਚ ਸਰਕਾਰ ਨੂੰ ਰਿਹਾਈ ਕਰਨੀ ਪਊ, ਔਰ ਮੈਨੂੰ ਇਹ ਵਿਸ਼ਵਾਸ ਹੈ ਕਿ ਇਸੇ ਮਹੀਨੇ ਦੇ ਅੰਦਰ ਅੰਦਰ ਹੋਊਗੀ ਜੀ। ਜਿਵੇਂ ਤੁਸੀਂ ਦੱਸਿਆ ਵੀ ਇਸੇ ਮਹੀਨੇ ਦੇ ਵਿੱਚ ਵਿੱਚ ਹੋਊ, ਕੋਈ ਪੋਸਟਾਂ ਕਹਿੰਦੀਆਂ ਵੀ 24 ਤਰੀਕ ਨੂੰ ਹੋਊ, ਚਲੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਇੱਕ ਕਿਨਾਰੇ ਉੱਪਰ ਰੱਖ ਦਈਏ, ਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਕੋਈ ਬਰਾਮਦਗੀ ਹੋਈ ਨਹੀਂ, ਕੋਈ ਕਤਲ ਕੀਤਾ ਨਹੀਂ ਗਿਆ, ਕਿਸੇ ਦੇ ਕੋਈ ਕੁੱਟਮਾਰ ਨਹੀਂ, ਕੋਈ ਸੱਟਾ ਨਹੀਂ, ਫਿਰ ਇਹ ਏਡਾ ਵੱਡੇ ਪੱਧਰ ਦੇ ਉੱਪਰ NSA ਲਾਉਣ ਦਾ ਕਾਰਨ ਕੀ ਬਣਿਆ? ਦੇਖੋ ਕਾਰਨ ਬਣਿਆ ਜੀ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਅੰਮ੍ਰਿਤ ਸੰਚਾਰ ਕਰ ਰਹੇ ਸੀ, ਬਹੁਤ ਵੱਡੀ ਪੱਧਰ ਤੇ ਨਸ਼ੇ ਛੁਡਾ ਰਹੇ ਸੀ, ਤਾਂ ਆਪ ਸਰਕਾਰ ਨੂੰ ਖਤਰਾ ਪੈਦਾ ਹੋ ਗਿਆ ਕਿ ਇਹਨਾਂ ਦੀ ਲੋਕਪ੍ਰਿਯਤਾ ਜਿਹੜੀ ਆ ਉਹ ਵੱਧ ਰਹੀ ਹੈ, ਤੇ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਇਸ ਤਰੀਕੇ ਦੇ ਨਾਲ ਅੰਮ੍ਰਿਤ ਸੰਚਾਰ ਕਰਕੇ ਖਾਲਸਾ ਪੰਥ ਦਾ ਪ੍ਰਚਾਰ ਕਰ ਰਹੇ ਨੇ। ਇਹਨਾਂ ਨੇ ਆਪਦੇ ਡਰ ਕਾਰਨ ਬੇਈਮਾਨੀ ਤਰੀਕੇ ਦੇ ਨਾਲ ਮਦ ਭਾਵਨਾ ਦੇ ਨਾਲ ਗੈਰ ਕਾਨੂੰਨੀ ਤੌਰ ਤੇ NSA ਲਾਈ ਹੈ, ਤੇ ਇਹਨਾਂ ਦਾ ਸਾਥ ਦਿੱਤਾ ਹੈ ਸੈਂਟਰ ਦੀ BJP ਸਰਕਾਰ ਨੇ, ਤੇ ਉਹੀ ਮਦ ਭਾਵਨਾ BJP ਦੇ ਵਿੱਚ ਸੀ, ਉਹੀ ਮਦ ਭਾਵਨਾ ਆਮ ਪਾਰਟੀ ਚ ਸੀ, ਇਹ ਦੋਹਾਂ ਦੀ ਸਾਜਿਸ਼ ਦੇ ਤਹਿਤ ਜਿਹੜੀ ਹੈ NSA ਲੱਗੀ ਹੈ। ਇਹ ਤਾਂ ਇੱਕ ਮੋਟੀਵੇਟਡ ਹੈ, ਇੱਕ ਜਿਣੀਮਿਥੀ ਸਾਜਿਸ਼ ਹੈ ਧਰਮ ਪ੍ਰਚਾਰ ਨੂੰ ਖਤਮ ਕਰਨ ਲਈ, ਤੇ ਨਸ਼ਾ ਰਹਿਤ ਪੰਜਾਬ ਨੂੰ ਜਿਹੜਾ ਹੈਗਾ ਉਹ ਬਣਾਉਣ ਤੋਂ ਰੋਕਣ ਲਈ। ਇਹ ਬੜੀ ਵੱਡੀ ਸਾਜਿਸ਼ ਹੈ ਜਿਹੜੀ ਇਤਿਹਾਸ ਵਿੱਚ 40 ਅੱਖਰਾਂ ਦੇ ਵਿੱਚ ਲਿਖੀ ਗਈ। ਇਹਦੇ ਪਿੱਛੇ ਕੋਈ ਜਿਹੜਾ ਹੈ ਸਰਕਾਰ ਦਾ ਕੋਈ ਚੰਗਾ ਮੰਤਵ ਜਾਂ ਕੋਈ ਇਮਾਨਦਾਰਾਨਾ ਮੰਤਵ ਤਾਂ ਹੈ ਹੀ ਨਹੀਂ ਸੀ ਜੀ। ਬਿਲਕੁਲ ਖਾਲਸਾ ਜੀ, ਬਹੁਤ ਸੋਹਣੇ ਸੁਚੱਜੇ ਢੰਗ ਦੇ ਵਿੱਚ ਤੁਸੀਂ ਸਾਨੂੰ ਜਾਣਕਾਰੀਆਂ ਮੁਹੱਈਆ ਕਰਵਾਈਆਂ ਨੇ, ਦਿਲ ਦੀਆਂ ਕਹਿ ਰਹੀਆਂ, ਤਾਂ ਮੈਂ ਤੁਹਾਡਾ ਧੰਨਵਾਦ ਦੀ ਹਾਂ। ਹੋਰ ਵੀ ਮਨ ਦੇ ਵਿੱਚ ਕੋਈ ਸਵਾਲ ਆਇਆ ਜਾਂ ਸਾਡੇ ਦਰਸ਼ਕਾਂ ਸਰੋਤਿਆਂ ਦਾ ਕੋਈ ਸਵਾਲ ਪੈਦਾ ਹੁੰਦਾ ਆ, ਤੇ ਅਸੀਂ ਤੁਹਾਨੂੰ ਜ਼ਰੂਰ ਖੇਚਲ ਦੇਵਾਂਗੇ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ, ਮਿਹਰਬਾਨੀਆਂ, ਧੰਨਵਾਦ ਜੀ।